ਵੇ ਸੁਖੀ, ਇੱਕ ਗੱਲ ਕਹਾਂ, ਮੈਨੂੰ ਤੇ ਇਹ ਲੱਗਦਾ ਔਰ ਕੋਈ ਰਿਸ਼ਤਾ ਹੀ ਨਹੀਂ ਹੈਗਾ। ਔਰ ਨਾਲੇ ਐਵੇਂ ਢਿੱਲੀ ਜੀ ਪੈ ਗਈ ਆ, ਅਗਲੀ ਸੋਚਦੀ ਹੋਣੀ ਕਿਤੇ ਉਹਨਾਂ ਨੂੰ ਪਤਾ ਨਾ ਲੱਗ ਜੇ। ਵੇਖਾ ਕਿੱਦਾਂ ਮੇਰੀ ਮਾਂ ਬਣ ਬਣ ਦਿੰਦੀ ਆ, ਜਿੰਨੇ ਮੈਂ ਤੀਰਥਾਂ ਤੇ ਗਈ ਆ ਨਾ ਤੇ ਤੇਰਾ ਸਾਰਾ ਖਾਨਦਾਨ ਨਹੀਂ ਕਦੇ ਗਿਆ ਹੋਣਾ। ਨਾ ਜਨਾਨੀ ਨੇ ਕੋਈ ਗੱਲ ਵੀ ਕਰਨੀ ਮਰਨੀ ਹੁੰਦੀ ਆ ਕਿ ਨਹੀਂ, ਆ ਬਸ ਫੋਨ 'ਚ ਹੀ ਲੱਗੇ ਰਹਿੰਦੇ ਆ। ਮੈਂ ਕਹਿੰਦੀ ਆ ਇੱਕ ਵਾਰੀ ਲਿਆ ਦਈਏ ਇਹਨੂੰ ਚੰਗੀ ਮਾੜੀ, ਆ ਮੰਮੀ ਦੀ ਭਟਕਣਾ ਤੇ ਠੀਕ ਕਰੀਏ, ਫਿਰ ਵੇਖੀ ਦੇਖੀ ਜਾਊ। ਜੀ ਗੱਲ ਤੇ ਤੁਹਾਡੀ ਸਹੀ ਆ, ਪਰ ਇੱਕ ਗੱਲ ਕਹਾਂ ਤੁਹਾਨੂੰ, ਮੈਨੂੰ ਤੇ ਲੱਗਦਾ ਆ ਸੁਖੀ ਦਾ ਨਾ ਆਪਣਾ ਇਰਾਦਾ ਨਹੀਂ ਹੈ। ਇਰਾਦਾ? ਇਰਾਦਾ ਕਿਉਂ ਨਹੀਂ? ਤੂੰ ਮੈਨੂੰ ਇਹ ਦੱਸ ਪਹਿਲਾਂ ਤੂੰ ਕਿਉਂ ਕੈਂਸਲ ਕੀਤਾ ਜਾਣਾ? ਮੈਂ ਕੈਂਸਲ ਕੀ ਕਰਨਾ ਵਾ, ਮੇਰੇ ਘਰ ਤੇ ਸ਼ਾਮੀ ਸੁਖੀ ਆਇਆ ਸੀ। ਸੁਖੀ ਆਇਆ ਸੀ ਤੇਰੇ ਵੱਲ? ਉਹ ਚਾਹ ਦੀ ਤੇ ਛੱਡੋ, ਉਹ ਕੁੜੀਏ ਧਿਆਨ ਦੇ ਮੇਰੀ ਗੱਲ ਦਾ, ਕੋਮਲ ਸਾਰੇ ਬੰਦੇ ਏਦਾਂ ਦੇ ਨਹੀਂ ਹੁੰਦੇ। ਚਾਚਾ ਜੀ ਵੈਸੇ ਇੱਕ ਗੱਲ ਵਾ, ਭਾਬੀ ਸਹੀ ਕਹਿਣ ਦੀ ਆ, ਸੁਮਨ ਤੇ ਨਾ ਸਾਨੂੰ ਬੇਵਕੂਫ ਬਣਾਉਣ ਦੀ ਆ, ਮੰਮੀ ਇਹ ਗੱਲ ਸਮਝਦੀ ਨਹੀਂ ਆ। ਫਿਰ ਤੇ ਬੜੀ ਮਾੜੀ ਗੱਲ ਆ, ਜਿਸ ਗੱਲ ਨਾਲ ਬੰਦੇ ਦਾ ਦਿਲ ਦੁਖਦਾ ਹੋਵੇ ਨਾ, ਅਗਲਾ ਫੇਰ ਵੀ ਉਹ ਗੱਲ ਕਰੇ ਨਾ, ਫੇਰ ਤਾਂ ਬੰਦੇ ਵਾਸਤੇ ਮਾੜੀ ਗੱਲ ਆ। ਚਾਚਾ ਜੀ ਅਗਲਾ ਤੇ ਆਪਣਾ ਮਤਲਬ ਕੱਢਦਾ ਵਾ, ਉਹਦੇ ਵੱਲੋਂ ਕਿਸੇ ਦਾ ਦਿਲ ਦੁਖੇ ਭਾਵੇਂ ਨਾ ਦੁਖੇ, ਉਹਨੂੰ ਕੋਈ ਮਤਲਬ ਨਹੀਂ। ਉਹ ਕਾਕਾ ਸਮਝ ਨਹੀਂ ਆਉਂਦੀ, ਇੱਕ ਪਾਸੇ ਲੋਕੀ ਚੰਗੇ ਰਿਸ਼ਤੇ ਲੱਭਦੇ ਆ ਤੇ ਆਪਣਾ ਸੁਖੀ ਉਹ ਵੀ ਨਸ਼ੇ ਤੋਂ ਰਹਿ ਪਿਆ, ਉੱਪਰੋਂ 6 ਕਿੱਲੇ ਜ਼ਮੀਨ ਆ, ਰਿਸ਼ਤਾ ਫੇਰ ਵੀ ਨਹੀਂ ਹੁੰਦਾ, ਗੱਲ ਸਮਝ ਤੋਂ ਬਾਹਰ ਆ। ਉਹ ਚਾਚਾ ਜੀ ਗੱਲ ਪਤਾ ਕੀ ਹੈ, ਇਹ ਨੌਕਰੀ ਤੇ ਕਰੇ ਕੋਈ 10-15 ਹਜ਼ਾਰ ਦੇ ਹੀ ਕਰੇ, ਇਹਨੂੰ ਵਿਹਲੇ ਨੂੰ ਕੁੜੀ ਕਿੰਨੇ ਦੇਣੀ, ਜਿੱਦਣ ਕਿਸੇ ਕੰਮ ਲੱਗ ਗਿਆ ਨਾ ਉਸੇ ਦਿਨ ਭਾਵੇਂ ਸ਼ਾਮ ਨੂੰ ਰਿਸ਼ਤਾ ਹੋ ਜਾਏਗਾ। ਨਾ ਵੀਰ ਤੂੰ ਇੱਕ ਗੱਲ ਦੱਸ, ਹਾਂ ਤੂੰ ਚੰਗਾ ਡੀਸੀ ਲੱਗਾ ਸੀ ਜਦੋਂ ਅਗਲੇ ਨੇ ਕੋਮਲ ਭਾਬੀ ਤੇਰੇ ਨਾਲ ਤੋਰਤੀ ਸੀ, ਤੂੰ ਵੀ ਤੇ ਸਿਰੇ ਦਾ ਵਿਹਲਾ ਸੀ ਉਦੋਂ। ਉਹ ਭਰਾ ਮੈਂ ਤੇਰੇ ਵਾਂਗੂ ਲੋਕਾਂ ਦੇ ਕੰਮਾਂ 'ਚ ਨਹੀਂ ਤੁਰਿਆ ਫਿਰਦਾ ਸੀ। ਜੱਗੀ ਵੀਰ ਤੇਰੇ ਵਾਲੀ ਤੇ ਨਾ ਹੱਦ ਹੀ ਹੋ ਗਈ ਆ। ਚੱਲ ਪੁੱਤ ਆਪਸ ਨਾਲ ਲੜੋ, ਸਭ ਕੁਝ ਠੀਕ ਹੋ ਜਾਊਗਾ। ਮੰਮੀ ਨਾ ਸਾਡੀ ਗੱਲ ਦਾ ਯਕੀਨ ਨਹੀਂ ਕਰਦੇ, ਮੈਂ ਤੇ ਜੱਗੀ ਨੂੰ ਕਹਿਣ ਦੀ ਕਿੰਨੇ ਦਿਨਾਂ ਦੀ ਵੀ ਆ ਮੈਰਿਜ ਬਿਊਰੋ ਨਾਲ ਗੱਲ ਕਰਕੇ ਨਾ ਤੇ ਰਿਸ਼ਤਾ ਕਰਾਈਏ, ਲੋਕੀ ਤੇ ਹੱਸਦੇ ਨੇ। ਹੋਰ ਪੁੱਤ ਆਪ ਨੂੰ ਮਿਹਣਾ ਵਾ, ਤੂੰ ਆਪਦੀ ਰਿਸ਼ਤੇਦਾਰੀ 'ਚ ਕੋਈ ਲੱਭ ਲਾ। ਬਥੇਰਿਆਂ ਨੂੰ ਕਿਹਾ ਸੀ ਚਾਚੀ ਜੀ, ਅਗਲੇ ਪੁੱਛਦੇ ਮੁੰਡਾ ਕੀ ਕਰਦਾ ਤੇ ਮੈਂ ਕੀ ਕਹਾਂ, ਵਿਹਲਾੜਾ। ਉਹ ਭਾਈ ਕੋਮਲ ਤੂੰ ਕਹਿ ਦਿਆ ਕਰ ਮੁੰਡਾ ਖੇਤੀ ਕਰਦਾ। ਚਾਚਾ ਜੀ ਖੇਤੀਬਾੜੀ ਵਾਲੇ ਘਰ ਤੇ 100 ਸੰਦ ਹੁੰਦੇ ਨੇ, ਸਾਡੇ ਘਰ ਜੇ ਕੋਈ ਆ ਗਿਆ ਵੇਖਣ ਤੇ ਦਾਤੀ ਰੰਬਾ ਵੀ ਨਹੀਂ ਲੱਭਣਾ, ਫਿਰ ਕੀ ਜਵਾਬ ਦੇਣਾ ਸੀ ਉਹਨਾਂ ਨੂੰ। ਉਹ ਕੁੜੀਏ ਜਦੋਂ ਰਿਸ਼ਤਾ ਜੋੜਨਾ ਹੋਵੇ ਨਾ 100 ਝੂਠ ਸੱਚ ਗੰਢ ਲਈਦਾ ਹੁੰਦਾ ਵਾ, ਨਾਲੇ ਤੁਸੀਂ ਨਾ ਅੱਜ ਕੱਲ ਪੜ੍ਹੇ ਲਿਖੇ ਬੱਚੇ ਹੋ, ਤੁਹਾਨੂੰ ਤਾਂ ਸਮਾਂ ਬੰਨਣਾ ਚਾਹੀਦਾ। ਉਹ ਪੁੱਤਰ ਜੀ ਅਗਲਿਆਂ ਨੂੰ ਕਹਿ ਦੇਈਦਾ ਹੁੰਦਾ ਵਾ ਅਸੀਂ ਸ਼ਹਿਰ ਰਹਿੰਦੇ ਆ, ਸੰਦ ਪਿੰਡ ਵਾਲੇ ਘਰ ਪਏ ਆ। ਚਾਚਾ ਜੀ ਤੁਸੀਂ ਤੇ ਹਾਂ ਗੱਲ ਕਰਨ ਡੇ ਹੋ, ਮੇਰੇ ਤੇ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਵਾ ਇਹਨਾਂ ਦੀ ਪਹਿਲੀ ਠੇਕੇ ਤੇ ਆ ਸਾਰੀ, ਇਹਨਾਂ ਬੜੇ ਘਰਾਂ ਨਾਲ ਇੰਜ ਹੁੰਦਾ ਆ, ਪਿਓ ਨੌਕਰੀ ਕਰਦਾ ਤੇ ਜਵਾਕ ਪੜਾਉਣ ਵਾਸਤੇ ਸ਼ਹਿਰ ਆ ਜਾਂਦਾ, ਜਵਾਕ ਜਦੋਂ ਨਾ ਸ਼ਹਿਰ ਆ ਕੇ ਜਦੋਂ ਕਿਸੇ ਪਾਸੇ ਸੈੱਟ ਨਹੀਂ ਨਾ ਹੁੰਦੇ ਫੇਰ ਔਖਾ ਹੁੰਦਾ, ਪਿੰਡ ਹੋਵੇ ਤੇ ਕੋਈ ਖੇਤੀਬਾੜੀ ਤੇ ਕਰ ਲਵੇ। ਭਰਜਾਈ ਭਾਵੇਂ ਨੌਕਰੀ ਦੇ ਨਾਲ ਕੋਈ ਕਾਰੋਬਾਰ ਵੀ ਕਰਨਾ ਸੀਗਾ ਪਰ ਗਲਤ ਹੋ ਗਿਆ। ਮੈਂ ਤੇ ਬਥੇਰਾ ਕਹਿੰਦੀ ਸੀਗੀ ਮੁੰਡਿਆਂ ਨੂੰ ਸੈੱਟ ਕਰਨ ਵਾਸਤੇ ਕੋਈ ਦੁਕਾਨ ਤੇ ਕੋਈ ਨਹੀਂ ਪਾ ਦੇ, ਅੱਗੋਂ ਇੱਕੋ ਗੱਲ ਕਹਿੰਦੇ ਹੁੰਦੇ ਸੀਗੇ, ਕੋਈ ਗੱਲ ਨਹੀਂ ਪਰਮਾਤਮਾ ਆਪੇ ਕੋਈ ਰਾਹ ਬਣਾਵੇਗਾ, ਜਦੋਂ ਇਹਨਾਂ ਦਾ ਟਾਈਮ ਆਏਗਾ ਆਪੇ ਕਰ ਲੈਣਗੇ। ਭਰਜਾਈ ਭਾਵੇਂ ਛੋਟਾ ਹੀ ਕੰਮ ਖੋਲ ਕੇ ਦਿੱਤਾ ਹੁੰਦਾ ਨਾ ਘੱਟੋ ਘੱਟ ਵਿਆਹ ਤੇ ਵਧੀਆ ਹੋਣੇ ਸੀ, ਹੁਣ ਜ਼ਮੀਨ ਤੇ ਹੈਗੀ ਆ ਪਰ ਲੋਕੀ ਫੇਰ ਵੀ ਕਹਿੰਦੇ ਵਿਹਲੇ ਨੇ। ਆਪਣੇ ਬਾਰੇ ਤੇ ਪਤਾ ਨਹੀਂ ਕੀ ਹੁੰਦਾ, ਲੋਕਾਂ ਦੇ ਤੇ ਵਿਹਲੇ ਵਿਆਹੇ ਜਾਂਦੇ ਨੇ,
ਉਧਰ ਵੇਖ ਲਾ ਸੂਬੇਦਾਰ ਦਾ ਜਿਹੜਾ ਪੋਤਾ ਵਾ ਇੰਨਾ ਚਿੱਟਾ ਪੀਂਦਾ, ਘੱਟੋ ਘੱਟ 10 ਪਿੰਡਾਂ ਨੂੰ ਪਤਾ ਸੀ ਕਿ ਇਹ ਚਿੱਟਾ ਪੀਂਦਾ ਤੇ ਤਾਂ ਵੀ ਵਿਆਹਿਆ ਗਿਆ। ਉਪਰੋਂ ਦਾ ਪਿਓ ਗੁਰੂ ਘਰ ਜਾ ਕੇ ਸਹੁੰ ਖਾ ਗਿਆ ਕਿ ਮੇਰਾ ਪੁੱਤ ਨਸ਼ਾ ਨਹੀਂ ਕਰਦਾ, ਤੇ ਕੁੜੀ ਵਾਲੇ ਵਿਸ਼ਵਾਸ ਕਰ ਗਏ। ਉਹ ਵੇਖ ਸਰਿੰਜ ਬਾਂਹ ਚ ਹੀ ਰਹਿ ਗਈ। ਭਰਜਾਈ ਉਹਦੇ ਸਾਰਾ ਪਿੰਡ ਕਹਿੰਦਾ ਆ ਕਿ ਸੂਬੇਦਾਰ ਦੇ ਪੋਤੇ ਨੇ ਬੜਾ ਮਾੜਾ ਕੀਤਾ, ਇੰਨੀ ਸੋਹਣੀ ਕੁੜੀ ਤੇ ਇੰਨਾ ਕਹਿਰ ਕੀਤਾ। ਕੁੜੀ ਵਾਲੇ ਵੀ ਨਾ ਜ਼ਮੀਨ ਤੇ ਮਰ ਗਏ, ਨਾ ਮੁੰਡਾ ਚੱਜਦਾ ਵੇਖ ਲੈਂਦੇ। ਜ਼ਮੀਨ 4 ਕਿੱਲੇ ਘੱਟ ਹੁੰਦੀ, ਕੁੜੀ ਤੇ ਆਪਣੇ ਘਰ ਹੱਸਦੀ ਵੱਸਦੀ ਰਹਿੰਦੀ। ਮੇਰੀ ਸੁਣੋ ਗੱਲ, ਹੁਣ ਨਾ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਤੇ ਜ਼ੋਰ ਲਾ ਕੇ ਨਾ ਰਿਸ਼ਤਾ ਲੱਭੀਏ। ਮੈਂ ਤਾਂ ਕਹਿੰਦੀ ਆ ਮੈਨੂੰ ਰੱਬ ਉਦੋਂ ਚੁੱਕ ਲੈ ਪਰ ਸੁੱਖੀ ਵੋਟੀ ਲੈ ਆਵੇ। ਉਹ ਭਾਬੀ ਫੇਰ ਕੀ ਫਾਇਦਾ ਜੇ ਤੂੰ ਨੌ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਹੀ ਨਾ ਖਾਧੀਆਂ। ਲੈ ਦੱਸ, ਮੇਰੇ ਹੱਥਾਂ ਦੀਆਂ ਨੀ ਚੰਗੀਆਂ ਲੱਗਦੀਆਂ ਇਹਨਾਂ ਨੂੰ? ਉਹ ਪੁੱਤ ਨਵੀਂ ਚੀਜ਼ ਦਾ ਚਾਹ ਹੁੰਦਾ ਆ, ਉਹ ਕੋਈ ਨਵੀਂ ਆਵੇਗੀ ਉਹਦੇ ਹੱਥਾਂ ਦੀਆਂ ਬਹਿ ਕੇ ਸਾਰੇ ਜਣੇ ਖਾਇਓ, ਨਾਲੇ ਸਵਾਦ ਲੱਗੂ। ਕੋਮਲ, ਮੈਂ ਤੈਨੂੰ ਅੱਗੇ ਵੀ 2 ਵਾਰੀ ਕਹਿਤਾ ਵਾ ਕਿ ਚਾਹ ਬਣਾ ਲਿਆ। ਓਹੋ, ਮੈਂ ਤੇ ਗੱਲਾਂ ਹੀ ਸੁਣਨ ਲੱਗ ਗਈ ਸੀ। ਚੱਲ ਫੇਰ ਅਸੀਂ ਵੀ ਸਾਰੇ ਰਸੋਈ 'ਚ ਕੁਰਸੀਆਂ ਲੈ ਜਾਂਦੇ ਆ ਸਾਰੇ ਜਣੇ। ਨਾ ਨਾ, ਚਾਹ ਨੀ ਪੀਣੀ, ਮੈਂ ਤਾਂ ਤੇਰੀ ਮਾਂ ਨੂੰ ਲੈਣ ਆਈ, ਕਿਤੇ ਜਾਣਾ ਆ। ਕੀ ਗੱਲ ਚਾਚੀ, ਸੁੱਖ ਸਾਂ ਦੀ ਆ? ਸਾਡੇ ਨਾ ਉੱਥੇ ਮਰਗ ਹੋਈ ਆ, ਉਹਨਾਂ ਦੇ ਘਰੇ ਬੈਠ ਕੇ ਆਉਣਾ। ਉਹ ਲੈ ਜਾਓ ਚਾਚੀ ਮੰਮੀ ਨੂੰ ਵੀ, ਨਾਲੇ ਮੰਮੀ ਦੀ ਵੀ ਟੈਨਸ਼ਨ ਥੋੜੀ ਦੂਰ ਹੋਏਗੀ। ਚਲੋ ਚੱਲੀਏ ਭੈਣ ਜੀ। ਫਿਰ ਬਲਜੀਤ, ਮੈਂ ਰੋਟੀ ਖਾ ਲਾਂ। ਖਾ ਲਓ ਫਿਰ ਜਲਦੀ ਰੋਟੀ, ਚਲੋ ਚੱਲੀਏ ਫਿਰ। ਜਾ ਲੈ ਆਇਆ ਕੋਮਲ ਰੋਟੀ, ਚਾਰ ਨਾਲ ਹੀ ਲੈ ਆਇਆ ਭਾਵੇਂ। ਉਹ ਤਾਂ ਰੋਟੀ ਖਾ ਕੇ ਜਾ, ਭੁੱਖਾ ਨਾ ਤੁਰਿਆ ਫਿਰੀ। ਮੰਮੀ, ਇੱਥੇ ਹੀ ਹਾਂ ਮੈਂ, ਕਿਤੇ ਦੂਰ ਨਹੀਂ ਚੱਲਾ। ਮੰਮੀ, ਕੀ ਤੁਸੀਂ ਮਗਰ ਮਗਰ ਤੁਰੇ ਫਿਰੰਡੇ ਜੇ? ਜੋ ਤੁਹਾਨੂੰ ਮੈਂ ਕਿਹਾ ਹਲੇ ਮੈਂ ਰੋਟੀ ਨਹੀਂ ਖਾਣੀ, ਆ ਕੇ ਖਾ ਲੂੰਗਾ। ਖਾ ਲਾਂਗਾ, ਮੈਂ ਕਿਹੜਾ ਕਿਤੇ ਦੂਰ ਜਾਣਾ ਵਾ। ਵੇਖ ਲਾ ਬਲਜੀ ਦਾ ਹਾਲ, ਕਹਿੰਦਾ ਕੁਛ ਕਰਦਾ ਕੁਛ ਹੈ। ਤੇਰਾ ਮੈਨੂੰ ਪਤਾ ਲੱਗ ਗਿਆ ਦਾ, ਪਿਛਲੇ ਹਫ਼ਤੇ ਕਹਿੰਦਾ ਹਾਂ ਆਇਆ ਮੰਮੀ ਮੈਂ 5 ਮਿੰਟਾਂ ਚ। ਬਲਜੀਤ, ਇਹਨੂੰ ਮੈਂ ਦੁਪਹਿਰਾਂ ਨੂੰ ਫੋਨ ਕੀਤਾ ਤੇ ਇਹ ਕਹਿੰਦਾ ਮੈਂ ਰਾਜਪੁਰਾ ਟੱਪ ਗਿਆ ਮੰਮੀ, ਤੇ ਸ਼ਾਮਾਂ ਤੱਕ ਜਨਾਬ ਦਿੱਲੀ ਸੀ। ਤੇ ਮੈਂ ਫੇਰ ਸ਼ਾਮੀ ਫੋਨ ਕੀਤਾ ਤੇ ਕਹਿੰਦਾ ਮੈਂ ਦਿੱਲੀ ਏਅਰਪੋਰਟ ਤੇ ਆ ਤੇ ਸਵੇਰੇ ਆ ਜਾਂਗਾ। ਬਲਜੀਤ, ਘਰੋਂ ਕੱਪੜੇ ਤੇ ਚੱਜਦੇ ਪਾ ਕੇ ਜਾਵੇ, ਦਿੱਲੀ ਕਿਤੇ ਆ ਹੀ ਪਿਆ। ਭੈਣ ਜੀ, ਐਵੇਂ ਨਾ ਮੁੰਡੇ ਨੂੰ ਏਦਾਂ ਕਿਹਾ ਕਰੋ, ਕੋਈ ਸੁਣੂਗਾ ਤੇ ਕਹੂਗਾ ਮੁੰਡਾ ਇਹਨਾਂ ਦਾ ਆਵਾਰਾ ਹੈ। ਸਹੀ ਤੂੰ ਕਹਿਣ ਡੀ ਆ ਬਲਜੀਤ, ਐਵੇਂ ਨੀ ਇਸ ਤਰ੍ਹਾਂ ਬੋਲਣਾ ਚਾਹੀਦਾ। ਉਹ ਤੁਸੀਂ ਇੱਥੇ ਬੈਠੀਆਂ ਜੇ, ਚੰਗਾ ਬਲਜੀਤ ਮੈਂ ਫਿਰ ਚੱਲਦਾ ਘਰ। ਠੀਕ ਆ ਠੀਕ ਆ, ਧਿਆਨ ਨਾਲ ਜਾਇਓ ਤੇ ਘਰ ਦਾ ਧਿਆਨ ਰੱਖਿਓ, ਮੈਂ ਸ਼ਾਮਾਂ ਨੂੰ ਆ ਜਾਵਾਂਗੀ। ਚੱਲ ਠੀਕ ਆ, ਜਦੋਂ ਤੇਰਾ ਦਿਲ ਕਰੂ ਆ ਜੀ। ਚੰਗਾ ਭਰਜਾਈ। ਕੋਮਲ। ਹਾਂਜੀ, ਹੁਣ ਤੁਸੀਂ ਦੱਸੋ। ਮੈਂ ਨਾ ਮਾੜਾ ਪਿੰਡ ਚੱਲਾ, 1-2 ਕੰਮ ਆ ਤੇ ਉਹ ਮੈਂ ਕਰਕੇ ਆਉਣਾ, ਲੱਗ ਜਾਣੇ ਮੈਨੂੰ 2 ਘੰਟੇ। ਲੈ ਹੁਣ ਤੁਸੀਂ ਰੋਟੀ ਖਾ ਕੇ ਜਾਂਦੇ, ਫੇਰ ਤੁਸੀਂ ਟਾਈਮ ਲਾ ਆਉਣਾ ਆ, ਬਣੀ ਪਈ ਆ ਰੋਟੀ। ਮੈਨੂੰ ਹਜੇ ਭੁੱਖ ਨਹੀਂ, ਆ ਕੇ ਵੇਖਾਂਗਾ ਮੈਂ। ਨਹੀਂ ਨਹੀਂ, ਮੈਨੂੰ ਨੀ ਪਤਾ ਭੁੱਖ ਹੈ ਕਿ ਨਹੀਂ ਹੈ, ਖਾ ਕੇ ਜਾਓ ਕੰਮ ਨਿਬੇੜੋ, ਮੈਂ ਰਸੋਈ 'ਚ ਨਹੀਂ ਲੱਗੀ ਰਹਿਣਾ। ਚੱਲ ਆ। ਭੈਣ ਜੀ, ਮੈਂ ਸੋਚਿਆ ਮੈਂ ਹੀ ਤੁਹਾਨੂੰ ਲੈ ਕੇ ਜਾਂਦੀ ਆ, ਤੁਸੀਂ ਨੀ ਨਿਕਲਣਾ ਘਰੋਂ ਬਾਹਰ? ਜਾਣਾ ਕਿੱਥੇ ਆ ਦੱਸ ਤੇ ਸਹੀ, ਕਿੱਥੇ ਲੈ ਕੇ ਜਾਣਾ ਮੈਨੂੰ, ਪਤਾ ਤਾਂ ਲੱਗੇ। ਜਾਣਾ ਕਿੱਥੇ ਆ, ਸੁਖੀ ਦਾ ਹੀ ਲਵਸੀ ਲਾ ਕਰੀਏ ਕੋਈ। ਮੈਨੂੰ ਲੱਗਦਾ ਤੇਰੀ ਨਿਗਾਹ 'ਚ ਆ ਗਈ ਕੋਈ ਕੁੜੀ। ਤੂੰ ਚੱਲ ਤਾਂ ਸਹੀ, ਕੁੜੀਆਂ 50, ਜਿਹੜੀ ਪਸੰਦ ਆਊਗੀ ਆਪੇ ਪਸੰਦ ਕਰ ਲਈ। ਚੱਲ ਚੱਲ ਛੇਤੀ ਚੱਲੀਏ, ਰੋਟੀ ਦਾ ਕੀ ਆ, ਛੱਡ ਪਰੇ ਰੋਟੀ ਨੂੰ। ਚੱਲ ਕੋਈ ਨੀ, ਰੋਟੀ ਖਾ ਲਾ ਤੂੰ, ਮੈਂ ਤਾਂ ਤੈਨੂੰ ਬਾਬੇ ਕੋ ਖੜਨਾ ਜਿਹਦੇ ਕੋਲ ਤੈਨੂੰ 10 ਪਾਈ ਸੀ ਮੈਂ, ਆਪ ਤੇ ਤੂੰ ਜਾਣਾ ਨੀ। ਬਲਜੀਤ, ਮੈਂ ਤਾਂ ਨੀ ਜਾਂਦੀ, ਸੁਖੀ ਤੇ ਜੱਗੀ ਬੋਲਣਗੇ, ਪਤਾ ਨੀ ਕਿਉਂ ਬਾਬਿਆਂ ਤੋਂ ਬੜੇ ਲੱਗਦੇ ਆ ਦੋਵੇਂ। ਹਜੇ ਆਪਾਂ ਦੱਸਣਾ ਹੀ ਕਿਉਂ ਆ ਭੈਣ ਜੀ,
ਜਦੋਂ ਕੰਮ ਬਣ ਜੂਗਾ ਆਪਾਂ ਉਦੋਂ ਹੀ ਦੱਸਾਂਗੇ। ਫੇਰ ਵੇਖੀ ਭੈਣ ਜੀ ਤੇਰੇ ਮੁੰਡੇ ਯਕੀਨ ਕਰਦੇ, ਹੱਥਾਂ ਤੇ ਸਰੋਂ ਜਮਾਉਂਦੇ ਆ। ਮੇਰਾ ਭਰਾ ਤੇ ਸਾਰੇ ਕੰਮ ਬਾਬੇ ਨੂੰ ਪੁੱਛ ਕੇ ਕਰਦਾ ਵਾ। ਮੇਰੇ ਭਰਾ ਨੇ ਤੇ ਬੜੇ ਹੀ ਕੰਮ ਕਢਾਏ ਆ ਬਾਬੇ ਕੋਲੋਂ, ਸਾਰੇ ਬੱਚਿਆਂ ਨੂੰ ਸੈੱਟ ਕੀਤਾ। ਕਿੱਦਾਂ ਬਾਬੇ ਦੀ ਕਿਰਪਾ ਏ। ਪਹਿਲਾਂ ਤੇ ਬਾਬੇ ਨੇ ਕੋਈ ਪੰਜੀ ਨਹੀਂ ਲੈਣੀ, ਜਦੋਂ ਕੰਮ ਹੋ ਜਾਂਦਾ ਨਾ ਫੇਰ ਤੇ ਲੋਕੀ ਲੱਖਾਂ ਚੜਾਉਂਦੇ ਨੇ। ਜਦੋਂ ਮੇਰਾ ਭਰਾ ਮੰਨਣ ਲੱਗਾ ਸੀ ਨਾ ਉਹਦੇ ਕੋਲ ਇੱਕੋ ਹੀ ਕਮਰਾ ਸੀ, ਹੁਣ ਤੇ ਕਮਰੇ ਉਹਦੇ ਕੋਲ ਗਿਣੇ ਨਹੀਂ ਜਾਂਦੇ। ਮੇਰਾ ਭਰਾ ਦੱਸਣ ਡਿਆ ਸੀ ਬਾਬੇ ਦੇ ਕੋਈ 50 ਘੋੜੇ ਚੜਾ ਕੇ ਗਿਆ ਚੜਾਵਾ। ਬਲਜੀਤ ਮੈਂ ਤਾਂ ਤੈਨੂੰ ਕਹਿੰਦੀ ਹਾਂ ਛੇਤੀ ਚੱਲੀਏ, ਰੋਟੀ ਦੀ ਕਿਹੜੀ ਗੱਲ ਆ। ਭੈਣ ਜੀ ਮੈਂ ਤਾਂ ਕਹਿਣ ਦੀ ਰਸੋਈ 'ਚ ਖਲੋਤੀ ਖਲੋਤੀ ਰੋਟੀ ਖਾ ਲਾ, ਮੁੜ ਕੇ ਉੱਥੇ ਚੱਕਰ ਖਾ ਕੇ ਡਿੱਗ ਜਾਏਗੀ। ਚੱਲ ਅੱਛਾ ਮੈਂ ਆ ਗਈ 2 ਮਿੰਟ 'ਚ। ਚੰਗਾ ਚਾਚੀ ਮੈਂ ਚੱਲਦਾ, ਫਿਰ ਮੈਂ ਪਿੰਡ ਚੱਲਾਂ ਵਾਂ। ਜੱਗੀ ਇੱਧਰ ਆ, ਪਹਿਲਾਂ ਮੇਰੀ ਗੱਲ ਸੁਣ। ਇੱਧਰ ਆ ਮੇਰਾ ਪੁੱਤ। ਪੁੱਤ ਤੂੰ ਵੀ ਸਿਆਣਾ ਵਾਂ, ਭਰਾ ਕਿਤੇ ਮਿਲਦੇ ਆ। ਮੇਰੀ ਮਨ ਤੂੰ ਵੀ ਸਹੁਰਿਆਂ 'ਤੇ ਜ਼ੋਰ ਪਾ। ਚਾਚੀ ਪਹਿਲੇ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਹੁਣ, ਨਾਲੇ ਅੱਜ ਕੱਲ੍ਹ ਨਹੀਂ ਸਹੁਰੇ ਮੰਨਦੇ ਪਹਿਲਾਂ ਵਾਂਗੂ, ਨਾਲੇ ਅੱਗੋਂ ਉਹਨਾਂ ਦੇ ਰਿਸ਼ਤੇਦਾਰ, ਉਹ ਤਾਂ ਬੜੀ ਦੂਰ ਦੀ ਗੱਲ। ਕਹਿ ਮੰਨਦੇ ਕਿਉਂ ਨਹੀਂ, ਤੂੰ ਜ਼ੋਰ ਤਾਂ ਪਾ। ਕਹਿ ਦੇ ਆਪਣੇ ਸਹੁਰਿਆਂ ਨੂੰ ਇੱਕ ਵਾਰੀ, ਕੋਮਲ ਨੂੰ ਵੀ ਬਿਠਾ ਲਓ, ਲੱਗ ਪਤਾ ਜਾਊ ਉਹਨਾਂ ਨੂੰ। ਕਮਾਲ ਦੀ ਗੱਲ ਆ ਚਾਚੀ, ਜੇ ਮੈਂ ਆਹ ਗੱਲ ਕਰਤੀ ਨਾ ਕੋਮਲ ਨੇ ਤੇ ਆਪ ਹੀ ਨਹੀਂ ਆਣਾ, ਫਿਰ ਵੀ ਤੇ ਮੇਰੀ ਬੇਇੱਜ਼ਤੀ ਹੈ। ਜਾਵੇ ਮੁੰਡਿਆ, ਅੱਜ ਕੱਲ੍ਹ ਦੇ ਮੁੰਡੇ ਤੇ ਜ਼ਿਆਦਾ ਹੀ ਥੱਲੇ ਲੱਗੇ ਆ। ਉੱਧਰ ਵੇਖ ਲਾ ਆਪਣੇ ਚਾਚੇ ਵੱਲ, ਮੇਰੇ ਪੇਕਿਆਂ ਤੇ ਦਬਾਅ ਪਾ ਕੇ ਨਾ ਆਪਣੇ ਮਾਮੇ ਦੇ ਮੁੰਡੇ ਵਿਆਹ ਲਿਆ ਸੀ। ਤੇਰਾ ਤੇ ਆਪਣਾ ਸਗਾ ਭਰਾ, ਤੂੰ ਉਹਨੂੰ ਨਹੀਂ ਵਿਆਹ ਸਕਦਾ। ਚਾਚੀ ਉਦੋਂ ਗੱਲ ਹੋ ਰਹੀ, ਉਦੋਂ ਗੱਲ ਮੰਨ ਜਾਂਦੇ ਹੁੰਦੇ ਸੀ, ਅੱਜ ਕੱਲ ਨਹੀਂ, ਉਹਨਾਂ ਨੇ ਕਹਿਣਾ ਤੂੰ ਵੀ ਨਿਕਲ ਟਾਈਮ ਸਰ। ਚੱਲ ਪੁੱਤ ਤੂੰ ਤੇ ਕੁਝ ਕਰ ਆਪਣੇ ਭਰਾ ਲਈ, ਤੂੰ ਨਾ ਕਰੂੰਗਾ ਤੇ ਕੌਣ ਕਰੂਗਾ। ਚਾਚੀ ਮੈਂ 50,000 ਨਾ ਕਿਸੇ ਮੈਰਿਜ ਬਿਊਰੋ ਵਾਲਿਆਂ ਨੂੰ ਦੇ ਦਾਂਗਾ, ਪਰ ਕਿਸੇ ਰਿਸ਼ਤੇਦਾਰ ਨੂੰ ਨਹੀਂ ਕਹਿੰਦਾ ਮੈਂ। ਚੱਲ ਪੁੱਤ ਉਹਨਾਂ ਨੂੰ ਪੈਸੇ ਦੇ ਕੇ ਕਰਾ ਦੇ, ਪਰ ਕਰਾ ਦੇ। ਚਲੋ ਚਾਚੀ ਮੈਂ ਵੀ ਫਿਰ ਪਿੰਡ ਗੇੜਾ ਮਾਰ ਹੀ ਆਵਾਂ। ਚੱਲ ਪੁੱਤ ਜਾਇਆ ਪਿੰਡ, ਪਰ ਇੱਕ ਗੱਲ ਦਾ ਧਿਆਨ ਰੱਖੀ, ਲੋਕਾਂ ਦੀਆਂ ਗੱਲਾਂ 'ਚ ਨਾ ਆਇਆ ਕਰ, ਲੋਕੀ ਉਂਗਲ ਬੜੀ ਲਾਉਂਦੇ ਆ। ਕੀ ਮਤਲਬ ਚਾਚੀ? ਪੁੱਤ ਲੋਕੀ ਤੈਨੂੰ ਚੁੱਕਣਾ ਦਿੰਦੇ ਆ ਕਿ ਸੁਖੀ ਲੋਕਾਂ ਦੇ ਕੰਮ ਕਰਦਾ ਵਾ। ਇਹ ਤੇ ਗੱਲ ਸਹੀ ਆ ਚਾਚੀ, ਚਲੋ ਮੈਂ ਫਿਰ ਵੀ ਧਿਆਨ ਰੱਖਾਂਗਾ। ਪੁੱਤ ਉਹ ਸਾਰਾ ਦਿਨ ਵਿਹਲਾ ਘਰ ਬੈਠਾ ਕਰੇ ਵੀ ਕੀ, ਜੇ ਤੇ ਕਿਤੇ ਕੰਮ ਲੱਗਾ ਹੋਵੇ ਤੇ ਨਾ ਲੋਕਾਂ ਨਾਲ ਜਾਵੇ। ਜੱਗੀ ਆ ਜਾਓ ਫਿਰ ਰੋਟੀ ਖਾ ਲਓ, ਲਿਆਵਾਂ ਚਾਚੀ ਜੀ ਤੁਹਾਡੇ ਲਈ ਵੀ? ਨਾ ਮੈਂ ਤੇ ਘਰੋਂ ਪਰੌਂਠੇ ਖਾ ਕੇ ਤੁਰੀ, ਤੂੰ ਆਪਣੀ ਮਾਂ ਨੂੰ ਖਵਾ, ਅਸੀਂ ਜਾਈਏ। ਚਾਚੀ ਖਾ ਲਓ ਇੱਕ ਅੱਧਾ ਫੁਲਕਾ ਮੇਰੇ ਨਾਲ ਵੀ। ਆ ਜਾ ਬਲਜੀਤ ਖਾ ਲਈ ਮੈਂ ਰੋਟੀ। ਨਾ ਪੁੱਤ ਤੂੰ ਹੀ ਖਾ, ਮਾਂ ਤੇਰੀ ਆਵਾਜ਼ ਮਾਰਨ ਡਈ, ਮੈਂ ਚੱਲਦੀ ਆ। ਤੇਰੇ ਵਰਗੇ ਨਾ ਮੁੱਲ ਦੀ ਟੀਵੀ ਲੈ ਆਉਂਦੇ ਨੇ ਪਰ ਵਿਚੋਲਿਆਂ ਨੂੰ ਖੁਸ਼ ਨਹੀਂ ਕਰ ਸਕਦੇ। ਨਾ ਭਾਬੀ ਤੈਨੂੰ ਕਾਹਦਾ ਫਿਕਰ, ਮੈਂ ਤੇ ਵਿਆਹ ਕਰਾਉਣਾ ਹੀ ਨਹੀਂ। ਨਾ ਮਾਂ ਤੇ ਤੇਰੀ ਹਰ ਟਾਈਮ ਮਿੰਤਾ ਕਰਦੀ ਰਹਿਨੀ ਆ ਤੇ ਤੂੰ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ। ਕੋਈ ਗੱਲ ਨਹੀਂ ਭਾਬੀ, ਮੈਂ ਆਪੀ ਸਮਝਾ ਲਾਂਗਾ ਮਾਂ ਨੂੰ ਕਿ ਮੈਂ ਨਹੀਂ ਵਿਆਹ ਕਰਾਉਣਾ। ਫੇ ਮੈਨੂੰ ਇਹ ਦੱਸ ਤੂੰ ਵਿਆਹ ਕਰਾਉਣਾ ਕਾਹਤੋਂ ਨਹੀਂ ਆ? ਮੈਂ ਤੇ ਸੋਚਣ ਦਾ ਨਾ ਹੀ ਕਰਾਵਾਂ, ਭਤੀਜੇ ਨੂੰ ਨਾ ਜ਼ਮੀਨ ਖੁੱਲੀ ਆ ਜੂਗੀ। ਭਤੀਜਾ ਨਾ ਤੈਨੂੰ ਨਹੀਂ ਪਰੌਂਠੇ ਖਵਾਉਂਦਾ, ਅੱਜ ਕੱਲ ਤੇ ਨਾ ਢਿੱਡ ਦੇ ਜੰਮੇ ਨੇ ਮਾਂ ਪਿਓ ਸਾਂਭਦੇ ਤੇ ਤੂੰ ਭਤੀਜੇ ਦੀ ਆਸ ਲਾਈ ਬੈਠਾ ਵਾ। ਨਾ ਭਾਬੀ ਜ਼ਮੀਨ ਦੇ ਲਾਲਚ ਨੂੰ ਨਹੀਂ ਸਾਂਭੂ। 2000 ਰੁਪਿਆ ਕਾਰ ਦਾ ਕਿਰਾਇਆ ਲੱਗਣਾ ਸੀ ਤੇ ਅਗਲੇ ਐਤਵਾਰ ਨੂੰ ਨਾ ਤੇਰੇ ਸਿਹਰੇ ਵੱਜੇ ਹੋਣੇ। ਓ ਭਾਬੀ ਮਹੱਲੇ 'ਚ ਹੋਰ ਵੀ ਮੁੰਡੇ ਨੇ, ਉਹਨਾਂ ਦਾ ਹੀ ਕਰਾ ਦੇ। ਜਿਹੜਾ ਮੈਨੂੰ ਕਹੂਗਾ ਕਰਾਉਣ ਨੂੰ ਉਹਦਾ ਹੀ ਕਰਾਉਂਗੇ, ਐਵੇਂ ਥੋੜਾ ਮੈਂ ਵਿਹਲੀ ਜਿਹੜੀ ਤੁਰੀ ਫਿਰਾਂ। ਚੱਲ ਫਿਰ ਤੂੰ ਮੇਰੀ ਐਵੇਂ ਟੈਨਸ਼ਨ ਲਈ ਆ। ਨਹੀਂ ਟੈਨਸ਼ਨ ਮੈਂ ਕਾਹਦੀ ਲੈਣੀ ਆ, ਮੈਨੂੰ ਤਾਂ ਸ਼ਰਮ ਆਉਣ ਡਈ ਆ, ਅਗਲੇ ਡੀਕੀ ਜਾਂਦੇ ਸੀ ਮੈਨੂੰ। ਬੱਸ ਤੇ ਚੜ ਕੇ ਨਾ ਮਿਲ ਆਉਂਦੀ, ਨਾਲੇ ਉੱਪਰੋਂ ਨਾ ਕੋਈ ਕਿਰਾਇਆ ਵੀ ਨਹੀਂ ਲੱਗਣਾ ਸੀ। ਆਧਾਰ ਕਾਰਡ ਚੱਲਦੇ ਅੱਜ ਕੱਲ੍ਹ? ਨਾ ਮੇਰਾ ਦਿਮਾਗ ਖਰਾਬ ਹੈ, ਐਵੇਂ ਮੈਂ ਗਰਮੀ 'ਚ ਤੁਰੀ ਫਿਰਾਂ ਬੱਸਾਂ 'ਚ, ਕੰਮ ਕਿਸੇ ਦਾ ਤੇ ਮੈਂ ਵਿਹਲੀ ਹਾਂ।
ਚੱਲ ਛੱਡ ਭਾਬੀ, ਕਿਉਂ ਕਲਪਦੀ ਆ, ਲੋੜ ਹੋਊਗੀ ਨਾ ਕਰਾ ਦਾਂਗਾ ਮੈਂ ਗੱਡੀ। ਹੁਣ ਨਾ ਵੇਲਾ ਲੰਘ ਗਿਆ ਵਾ, ਇਹ ਕੋਈ ਖੇਡ ਥੋੜਾ ਵਾ, ਜਵਾਬ ਦਿੱਤਾ ਹੁਣ ਅਗਲਿਆਂ ਨੂੰ। ਚੱਲ ਕੋਈ ਗੱਲ ਨੀ ਭਾਬੀ। ਬਲਜੀਤ ਕਿੰਨੀ ਕੁ ਦੂਰ ਆ, ਨਖੱਤਾ ਆਟੋ ਵਾਲਾ ਪਿੱਛੇ ਲਾ ਗਿਆ ਵਾ। ਬਸ ਭੈਣ ਜੀ ਲੱਗ ਗਈ ਆ, ਹੁਣ ਤੇ ਆ ਹੀ ਗਏ। ਅੱਜ ਸੰਗਤਾਂ ਪਤਾ ਨੀ ਕਿੱਥੇ ਰਹਿ ਗਈਆਂ, ਪਤਾ ਨੀ ਬੋਣੀ ਬੋਣੀ ਜੀਵਨੀ ਹੋਈ ਕੋਈ। ਮੈਂ ਕਹਿੰਦਾ ਬਾਬਾ ਅੱਜ ਲਗਨ ਤੇਰੇ ਢਿੱਲੇ ਹੀ ਆ। ਬਾਬਾ ਜੇ ਤੇਰੇ ਲਗਨ ਢਿੱਲੇ ਹੋ ਗਏ ਤੇ ਫਿਰ ਲੋਕਾਂ ਦਾ ਕੀ ਬਣੂ। ਆ ਜਾ ਆ ਜਾ, ਅੱਜ ਤੇ ਬਾਬਾ ਜੀ ਇਕੱਲੇ ਬੈਠੇ ਆ, ਤੇਰੀ ਕਿਸਮਤ ਚੰਗੀ ਨੀ ਤੇ ਵਾਰੀ ਨੀ ਆਉਂਦੀ ਇੱਥੇ। ਵੇ ਭੈਣਾ ਬਾਬਾ ਜੀ ਤੇ ਕਿੰਨਾ ਨੂਰ ਆ, ਉਸ ਗੇ ਚ ਨਹੀਂ ਹੁਣ ਚੰਗੀ ਤਰ੍ਹਾਂ ਸੰਗੀ ਨਾ ਹੁਣ ਤੂੰ। ਵਾਕੇ ਬਲਜੀਤ ਬਾਬੇ ਤੇ ਨਾ ਚਿਹਰੇ ਤੇ ਭਰਪੂਰ ਨੂਰ ਆ, ਲੱਗਦਾ ਵਾਹ ਵਾਹ ਕਰਨੇ ਵਾਲੇ ਆ। ਬਹਿ ਜਾ ਬਹਿ ਜਾ, ਹੁਣ ਹੁਣ ਜ਼ਿਆਦਾ ਦੇਰ ਨਾ ਲਾ। ਹਾਂ ਆ ਗਈਆਂ ਜੇ। ਹਾਂ ਵੇਖ ਲਾ, ਪਤਾ ਲੱਗ ਗਿਆ ਬਾਬੇ ਨੂੰ ਸਾਰਾ। ਬਾਬਾ ਜੀ ਮੈਂ ਕੁਲਜੀਤ ਦੀ ਭੈਣ। ਉਹ ਤੇ ਬੜੇ ਟਾਈਮ ਦਾ ਸਾਡੇ ਕੋਲ ਆਉਂਦਾ ਆ, ਇਹ ਕਹਿ ਲੋ ਵੀ ਮੇਰੇ ਪਹਿਲੇ ਭਗਤਾਂ ਚੋਂ ਆ ਉਹ। ਬਾਬਾ ਜੀ ਤੁਸੀਂ ਤੇ ਮੇਰੇ ਭਰਾ ਦੇ ਘਰ ਲਹਿਰਾ ਬਹਿਰਾ ਲਾਤੀਆਂ ਵਾ। ਉਹ ਬੀਬਾ ਜਿਹੜਾ ਬੰਦਾ ਸ਼ਰਧਾ ਨਾਲ ਆਉਂਦਾ ਨਾ ਬਾਬਿਆਂ ਕੋ, ਉਹ ਖਾਲੀ ਨੀ ਮੁੜਦਾ ਸਾਡੇ ਤੋਂ। ਧੰਨ ਬਾਬਾ ਅੰਬੀਆਂ ਵਾਲਿਓ ਜੀ, ਧੰਨ ਬਾਬਾ ਅੰਬੀਆਂ ਵਾਲਿਓ ਜੀ। ਬਲਜੀਤ ਕੱਚੀਆਂ ਵਾਲੇ ਕਿ ਪੱਕੀਆਂ ਵਾਲੇ? ਕੋਈ ਵੀ ਬੋਲ, ਅੰਬੀਆਂ ਵਾਲੇ ਬੋਲ। ਦੱਸ ਬੀਬਾ ਕੀ ਕੰਮ ਆ? ਘੰਟੇ ਕੁ ਤੱਕ ਕਿਸੇ ਮੰਤਰੀ ਨੇ ਮਿਲਣ ਆਉਣਾ ਆ, ਇਸ ਕਰਕੇ ਮੈਂ ਸਮਾਤ ਤੇ ਆਇਆ ਵਾਂ। ਡੇਰੇ ਤੇ ਤਾਂ ਭੀੜ ਬੜੀ ਹੁੰਦੀ, ਨਾਲੇ ਸੰਗਤ ਦੇ ਸਾਹਮਣੇ ਨਹੀਂ ਆਉਂਦੇ ਮੰਤਰੀ ਸ਼ੰਤਰੀ, ਤੁਸੀਂ ਕੰਮ ਬੋਲੋ ਛੇਤੀ, ਮੁੜ ਕੇ ਬਾਬਿਆਂ ਨੇ ਜਾਣਾ ਆ। ਬਾਬਾ ਜੀ ਇਹ ਮੇਰੀ ਜਠਾਣੀ ਆ। ਮੈਨੂੰ ਲੱਗਦਾ ਕਹਾਣੀ ਆ, ਤੂੰ ਕਹਿੰਦੀ ਜਠਾਣੀ ਆ। ਨਹੀਂ ਨਹੀਂ ਬਾਬਾ ਜੀ ਇਹ ਜਠਾਣੀ ਜੇ ਮੇਰੀ। ਕੰਮ ਬੋਲੋ ਕੰਮ। ਬਾਬਾ ਜੀ ਇਹਨਾਂ ਦੇ ਦੋ ਮੁੰਡੇ ਆ, ਇੱਕ ਵਿਆਹਿਆ ਵਾ ਤੇ ਇੱਕ ਕੁਆਰਾ ਵਾ। ਅੱਛਾ ਮੈਂ ਕਿਹੜਾ ਵਿਚੋਲਾ ਆ? ਨਹੀਂ ਨਹੀਂ ਬਾਬਾ ਜੀ ਤੁਸੀਂ ਕਰਨੀ ਵਾਲੇ ਜੇ, ਤੁਸੀਂ ਸਭ ਕੁਛ ਕਰ ਸਕਦੇ ਜੇ। ਬਾਬਾ ਜੀ ਘਰ ਜ਼ਮੀਨ ਜਾਇਦਾਦ ਸਭ ਕੁਛ ਆ, ਪਰ ਨਿੱਕੇ ਦਾ ਰਿਸ਼ਤਾ ਨਹੀਂ ਹੋਣ ਡਿਆ। ਬਾਬਾ ਜੀ ਮਾੜੀ ਜੀ ਨਜ਼ਰ ਮਾਰੋ, ਹਾਂ ਕਿਉਂ ਨਹੀਂ ਰਿਸ਼ਤਾ ਹੋਣ ਡਿਆ? ਕੋਈ ਵੱਲ ਫਰੇਬ ਨਹੀਂ ਆ, ਮੇਰਾ ਮੁੰਡਾ ਬਹੁਤ ਸਿਆਣਾ ਹੈ। ਬੀਬਾ ਬੋਲਦੀ ਕਿੱਦਾਂ ਤੂੰ, ਇੱਥੇ ਹੀ ਭਸਮ ਕਰ ਦੂੰ? ਨਾ ਨਾ ਬਾਬਾ ਜੀ ਗੁੱਸੇ 'ਚ ਨਾ ਆਓ, ਮੈਂ ਮਾਫ਼ੀ ਮੰਗਦੀ ਹਾਂ। ਨਾ ਨਾ ਭੈਣਾ ਹੱਥ ਜੋੜ ਮਾਫ਼ੀ ਮੰਗ ਲਾ। ਨਾ ਜਨਮ ਤਰੀਕ ਤੇ ਕਿੱਦਣ ਜੰਮਿਆ ਟਾਈਮ ਦੱਸੋ ਬੀਬਾ ਮੁੰਡੇ ਦਾ। ਬਾਬਾ ਜੀ ਐਤਵਾਰ ਹੋਇਆ 1996 ਨੂੰ ਦੁਪਹਿਰੇ 1 ਵਜੇ। ਬੀਬਾ ਮਹੀਨਾ ਦੱਸ ਕਿਹੜਾ? ਬਾਬਾ ਜੀ ਜੂਨ ਦਾ ਮਹੀਨਾ। ਬੀਬਾ ਸੁਣ ਲਾ ਗੱਲ, ਮੁੰਡੇ ਤੇ ਗ੍ਰਹਿ ਬੜੇ ਭਾਰੀ, ਤੂੰ ਤੋਂ ਸ਼ਨੀ ਵੀ ਨਾਲ ਬੈਠਾ ਈ ਉਹਦੇ, ਤੇ ਸੁਣ ਲਓ ਗੱਲ ਮੇਰੀ, ਕੀਤਾ ਕਰਾਇਆ ਬੜਾ ਭਾਰੀ ਆ ਮੁੰਡੇ ਤੇ। ਅੱਛਾ ਬਾਬਾ ਜੀ, ਮੈਨੂੰ ਵੀ ਇਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਕਿਸੇ ਨੇ ਕੀਤਾ ਕਰਾਇਆ ਇਹਨੂੰ। ਭੈਣ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਸਾਰਾ ਪਤਾ ਲੱਗ ਜਾਣਾ ਬਾਬੇ ਦੇ ਕੋਲ ਜਾ ਕੇ। ਕਰੋ ਬਾਬਾ ਜੀ ਕੋਈ ਹੱਲ, ਸ਼ਰੀਕ ਬੜਾ ਹੱਸਦੇ ਨੇ, ਸੱਚ ਤੁਹਾਨੂੰ ਦੱਸਾਂ ਮੈਂ ਬੜੀ ਔਖੀ ਆ। ਕੰਮ ਹੀ ਸਾਰਾ ਸ਼ਰੀਕਾ ਦਾ ਬੀਬੀ। ਅੱਛਾ ਬਾਬਾ ਜੀ। ਬੀਬੀ ਜਿਹੜਾ ਤੁਹਾਨੂੰ ਜਾਣਦਾ ਹੀ ਨਹੀਂ ਉਹਨੇ ਕਰਕੇ ਕੀ ਲੈਣਾ, ਇਹ ਸਾਰੇ ਕੰਮ ਸ਼ਰੀਕ ਹੀ ਕਰਦੇ ਹੁੰਦੇ ਆ। ਥੋੜਾ ਦੱਸ ਦੋ ਹਾਂ ਬਾਬਾ ਜੀ, ਉਸ ਤੋਂ ਬੰਦਾ ਪਾਸੇ ਹੀ ਹੋ ਜਾਂਦਾ। ਉਹ ਬੀਬਾ ਲੜਾਈ ਬਣ ਜਾਂਦੀ ਆ, ਨਹੀਂ ਤਾਂ ਦੱਸਣਾ ਕਿਹੜਾ ਬਾਬਿਆਂ ਲਈ ਔਖਾ, ਮੈਨੂੰ ਤਾਂ ਸਾਹਮਣੇ ਦਿਖਦੇ ਆ। ਫਿਰ ਦੱਸੋ ਬਾਬਾ ਜੀ ਕਰੋ ਕੋਈ ਹੱਲ।
ਜਿੱਧਰਲੇ ਪਾਸੇ ਸੂਰਜ ਛੇਪਦਾ ਨਾ ਬੀਬਾ, ਉਧਰਲੇ ਪਾਸੇ ਕਾਲੇ ਰੰਗ ਦਾ ਗੇਟ ਆ, ਘਰੇ ਨਿੰਮ ਲੱਗੀ ਆ ਤੇ ਫਿੱਕੇ ਗੁਲਾਬੀ ਰੰਗ ਦਾ ਚਬਾਰਾ ਆ। ਇਹ ਤੇ ਹੈ ਬਾਬਾ ਜੀ, ਵਿਸਾਖੇ ਦੇ ਘਰ ਤਿੰਨੇ ਚੀਜ਼ਾਂ ਤੇ ਮਿਲ ਗਈਆਂ, ਪਰ ਚੁਬਾਰੇ ਨੂੰ ਰੰਗ ਉਹਦਾ ਅਗਰ ਚਿੱਟਾ ਵਾ, ਨਿੰਮ ਵੀ ਲੱਗੀ ਆ, ਗੇਟ ਵੀ ਕਾਲੇ ਰੰਗ ਦਾ ਵਾ, ਪਰ ਹੈ ਵੀ ਸ਼ਿਪ ਦੇ ਪਾਸੇ ਹੀ ਆ। ਅੱਛਾ, ਚੁਬਾਰੇ ਨੂੰ ਰੰਗ ਚਿੱਟਾ ਆ, ਉਹ ਬੱਤੀ ਜ਼ਿਆਦਾ ਤੇਜ਼ ਕਰਕੇ ਮੈਨੂੰ ਗੁਲਾਬੀ ਲੱਗਣ ਲਿਆਣਾ। ਨਹੀਂ ਨਹੀਂ ਬਾਬਾ ਜੀ, ਤੁਹਾਡੇ ਤੇ ਥੋੜੀ ਸ਼ੱਕ ਕੀਤਾ, ਹੱਲ ਕਰੋ ਤੁਸੀਂ ਬਸ। ਕੁਝ ਪਾ ਕਰਨੇ ਪੈਣੇ ਆ, ਮੈਂ ਸਮਾਨ ਲਿਖ ਦਿੰਦਾ ਵਾ ਤੇ ਤੁਸੀਂ ਲਿਆ ਦਿਓ। ਠੀਕ ਹੈ ਬਾਬਾ ਜੀ, ਦੱਸ ਦਿਓ ਸਮਾਨ। 1 ਕਿਲੋ ਦੇਸੀ ਘਿਓ, 1 ਤੇਲ ਦੀ ਬੋਤਲ ਤੇ ਨਾਲ 1 ਹਰੀ ਚਾਦਰ, ਤੇ ਬਾਕੀ ਸਮਾਨ ਤੁਹਾਨੂੰ ਮਿਲਣਾ ਪੰਸਾਰੀ ਤੋਂ। 5-6 ਹਜ਼ਾਰ ਦਾ ਸਮਾਨ ਮਿਲ ਜਾਣਾ ਤੁਹਾਨੂੰ ਸਾਰੇ। ਬਾਬਾ ਜੀ ਤੁਸੀਂ ਪੈਸੇ ਲੈ ਲਓ, ਅਸੀਂ ਕਿੱਧਰ ਤੁਰੀਆਂ ਫਿਰਾਂਗੇ, ਤੁਸੀਂ ਆਪੇ ਹੀ ਸਮਾਨ ਮੰਗਾ ਲਿਓ। ਉਹ ਤੁਹਾਡੀ ਖੁਸ਼ੀ ਬੀਬੀ, ਜਿੱਦਾਂ ਕਹੋਗੀਆਂ ਕਰ ਲਾਂਗੇ। ਹੈ ਭੈਣ, ਪੈਸੇ ਹੈਗੇ ਆ, 7500 ਰੁਪਈਆ ਦੇ ਦੇਣਗੇ, ਆਪਾਂ ਕਿੱਥੇ ਤੁਰੀਆਂ ਫਿਰਾਂਗੇ, ਕੰਮ ਵੀ ਬਥੇਰਾ ਵਾ, ਆਪਾਂ ਕਿੱਥੇ ਤੁਰੀਆਂ ਫਿਰਾਂਗੇ। ਬਲਜੀਤ, ਮੇਰੇ ਕੋਲ ਤਾਂ 5300 ਵਾ। ਨਹੀਂ, ਆਹ ਤਾਂ ਮੇਰੇ ਕੋਲ ਹੈਗੀ ਆ। ਆਹ ਲੈ ਬੀਬੀ, 1700 ਹੋਰ ਪਾਓ, 7 ਹੋ ਜਾਊਗਾ। ਆਹ ਲਓ ਭੈਣ ਜੀ। ਆਹ ਲਓ ਬਾਬਾ ਜੀ, ਗਿਣ ਲਓ। ਉਹ ਇਹ ਤਾਂ ਭਾਈ ਜ਼ਿਆਦਾ ਆ, ਆਹ ਵਾਪਸ ਲੈ ਲਓ ਬਾਕੀ। ਇਹ ਕਿਤੇ ਕਿੰਨੇ ਕਾ ਬਾਬਾ ਜੀ, ਰੱਖ ਲਓ ਚ ਸੇਵਾ ਚ ਰੱਖ ਲਓ। ਨਾ ਭਾਈ ਨਾ, ਲੇਖਾਂ ਦਾ ਮਾਵਾਂ ਧੀਆਂ ਦਾ, ਮੇਰੇ ਉੱਤੇ 5 ਵੀ ਵੱਧਦਾ ਗਈ, ਬਾਅਦ ਚ ਮੈਨੂੰ ਤੰਗ ਕਰੂਗੀ। ਕਦੋਂ ਕੁ ਤੱਕ ਕੰਮ ਹੋ ਜੂ ਬਾਬਾ ਜੀ? ਬਸ ਜਦੋਂ ਮੈਂ ਢਾਲਾ ਲਾਤਾ ਉਦੋਂ ਕੰਮ ਹੋ ਜਾਣਾ, ਵਧੀਆ ਨੌ ਮਿਲ ਜਾਣੀ ਤੈਨੂੰ ਬੀਬਾ, ਫਿਕਰ ਨਾ ਕਰ ਤੂੰ। ਫਿਰ ਕਦੋਂ ਆਈਏ ਬਾਬਾ ਜੀ? ਬਸ ਜਦੋਂ ਨੂੰ ਆ ਗਈ, ਖੁਸ਼ੀ ਨਾਲ ਆ ਜੀ ਜਦੋਂ ਮਰਜ਼ੀ। ਚਲੋ ਠੀਕ ਹੈ ਬਾਬਾ ਜੀ। ਬਾਬਾ ਜੀ, ਜਦੋਂ ਦਾ ਕੁਲਜੀਤ ਨੇ ਤੁਹਾਡਾ ਲਾੜ ਫੜਿਆ ਨਾ, ਉਹਦੀਆਂ ਤੇ ਪਾਉਂ ਬਾਰਾਂ ਆਉਂਦੀਆਂ। ਬੀਬੀ ਗੱਲ ਸੁਣ, ਤੈਨੂੰ ਮੈਂ ਜੋ ਕਹਿਣ ਲੱਗਾ ਧਿਆਨ ਨਾਲ ਸੁਣ ਲਾ। ਆਹ ਤੈਨੂੰ ਮੈਂ ਇੱਕ ਦੇਣ ਲੱਗਾ ਅੰਬੀ, ਮੁੰਡੇ ਆਪਣੇ ਨੂੰ ਨਾ ਚਟਣੀ ਬਣਾ ਕੇ ਦਹੀਂ ਤੇ ਸਾਰੇ ਟੱਬਰ ਚ ਵੰਡਣੀ ਆ, ਤੇ ਆਹ ਨਿੰਬੂ ਵੀ ਪਾਲੀ ਵਿੱਚ। ਅੰਬੀ ਵਾਲੇ ਬਾਬੇ ਦੀ ਜੈ। ਬਾਬਾ ਜੀ, ਅੰਬੀ ਛੋਟੀ ਨਹੀਂ ਆ, ਸਾਰੇ ਟੱਬਰ ਨੂੰ ਕਿਸ ਤਰ੍ਹਾਂ ਵੰਡਾਂਗੀ ਮੈਂ? ਬੀਬਾ, ਇਹੋ ਤੇ ਤੇਰੀ ਪ੍ਰੀਖਿਆ ਆ। ਜੈ ਬਾਬਿਆਂ ਦੀ। ਭੈਣ ਜੀ, ਆਪਾਂ ਆਏ ਸਮਾਧ ਤੇ ਆ, ਜੇ ਆਪਾਂ ਡੇਰੇ ਤੇ ਹੁੰਦੇ ਨਾ, ਮੈਂ ਤੈਨੂੰ ਦਿਖਾਉਂਦੀ ਬਾਬਾ ਜੀ ਦੀ ਕਿੰਨੀ ਚੜ੍ਹਾਈ ਆ। ਉਹ ਤੇ ਗੱਲ ਦਿਸੀ ਜਾਂਦੀ ਆ ਬਲਜੀਤ, ਜਿਹਦੇ ਨਾਲ ਸਾਡਾ ਕੰਮ ਬਣਨਾ ਨਾ, ਉਹੀ ਗੱਲ ਕੀਤੀ ਬਾਬੇ ਨੇ, ਐਵੇਂ ਫਾਲਤੂ ਕੋਈ ਗੱਲ ਨਹੀਂ ਉਹਨੇ ਕੀਤੀ। ਹੋਰ ਕੀ ਭੈਣ ਜੀ? ਬਲਜੀਤ, ਇਹ ਵੀ ਗੱਲ ਠੀਕ ਆ, ਸਾਨੂੰ ਬਾਬੇ ਨੇ ਨਾ ਕੁਛ ਕਰਨ ਨੂੰ ਕਿਹਾ ਨਹੀਂ। ਭੈਣ ਜੀ, ਸੁੱਖੀ ਦੇ ਚਾਚੇ ਨੂੰ ਤੇ ਪਤਾ ਵਾ, ਕੋਮਲ ਨਾਲ ਤੇ ਜੱਗੀ ਨਾਲ ਗੱਲ ਨਾ ਕਰਿਓ। ਉਹਨਾਂ ਨੂੰ ਤੇ ਮੈਂ ਕੀ ਦੱਸਣਾ ਆ, ਜੇ ਅਸੀਂ ਵਾਰ ਵਾਰ ਆਉਂਦੇ ਨਾ ਬਾਬੇ ਕੋਲ, ਫੇਰ ਪਤਾ ਲੱਗਣਾ ਸੀ ਉਹਨਾਂ ਨੂੰ, ਤੇ ਉਹ ਬਾਬੇ ਨੇ ਸਾਨੂੰ ਬੁਲਾਇਆ ਹੀ ਨਹੀਂ। ਇੱਕੋ ਵਾਰ 'ਚ ਹੀ ਅੜਚਣ ਜਿਹੜੀ ਆ ਸਾਰੀ ਦੂਰ ਹੋ ਜੂ। ਬਾਬਾ, ਪਹੁੰਚਿਆ ਹੋਇਆ ਹੀ ਜ਼ਿਆਦਾ ਵਾ, ਵੈਸੇ ਅੜਚਣ ਤੇ ਘੱਟ ਤਾਂ ਨਹੀਂ। ਚੱਲ ਹੁਣ ਚੱਲੀਏ, ਰਿਸ਼ਤਾ ਹੋਏ ਤੇ ਫੇਰ ਕਰਾਂਗੇ ਕੋਈ ਗੱਲ। ਚੱਲ ਭੈਣਾ, ਚੱਲੀਏ, ਪਹੁੰਚੀਏ ਟਾਈਮ ਨਾਲ। ਚੱਲ।